ਇਸ ਸ਼ਖਸ ਨੇ ਤਾਂ ਕਮਾਲ ਹੀ ਕਰਤੀ, ਬਦਮਾਸ਼ਾਂ ਨੇ ਮੰਗੀ ਰੰਗਦਾਰੀ ਤਾਂ ਉਹਨਾਂ ਦੇ ਨਾਲ ਹੀ ਕਰਨ ਲੱਗ ਗਿਆ ਭਾ ਤੋਲ। 30 ਲੱਖ ਤੋਂ ਬਦਮਾਸ਼ ਲਿਆਂਦੇ 3 ਲੱਖ ਤੇ। ਤਾਂ ਦੱਸ ਦੇ ਕਿ ਇੱਕ ਸ਼ਖਸ ਨੂੰ ਗੋਲਡੀ ਬਰਾੜ ਦੇ ਨਾਮ ਤੋਂ ਕੋਈ ਫੋਨ ਕਰਦਾ ਹੈ ਤੇ ਰੰਗਦਾਰੀ ਮੰਗਦਾ ਹੈ, ਤਾਂ 30 ਲੱਖ ਦੀ ਉਸਦੇ ਵੱਲੋਂ ਮੰਗ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਇਹ ਸ਼ਖਸ ਉਹਨਾਂ ਦੇ ਨਾਲ ਭਾ ਤੋਲ ਕਰਨ ਲੱਗ ਜਾਂਦਾ ਤੇ ਫਿਰ ਸੌਦਾ 3 ਲੱਖ ਦਾ ਤੈਅ ਹੁੰਦਾ ਹੈ। ਤਾਂ ਉਸਦੇ ਵੱਲੋਂ ਇਸ ਸੰਬੰਧੀ ਸੂਚਨਾ ਫਿਰ ਪੁਲਿਸ ਨੂੰ ਵੀ ਦੇ ਦਿੱਤੀ ਜਾਂਦੀ ਹੈ, ਤਾਂ ਪੁਲਿਸ ਵੱਲੋਂ ਕਿਹਾ ਜਾਂਦਾ ਹੈ ਕਿ ਉਸਦੇ ਨਾਲ ਗੱਲਬਾਤ ਜਾਰੀ ਰੱਖੋ। ਤਾਂ ਜਦ ਹੀ 3 ਲੱਖ ਰੁਪਏ ਦਾ ਸੌਦਾ ਤੈਅ ਹੁੰਦਾ ਹੈ ਤਾਂ ਉਹ ਪੈਸੇ ਲੈਣ ਆਉਂਦੇ ਨੇ, ਜਿੱਥੇ ਕਿ ਮੌਕੇ 'ਤੇ ਪੁਲਿਸ ਪਹੁੰਚ ਜਾਂਦੀ ਹੈ। ਤਾਂ ਪੁਲਿਸ ਦੇ ਵੱਲੋਂ ਇਹਨਾਂ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਤਾਂ ਮੌਕੇ 'ਤੇ ਇਹਨਾਂ ਦੇ ਕੋਲ ਪਿਸਤੌਲਾਂ ਵੀ ਹੁੰਦੀਆਂ ਨੇ, ਪਰ ਉਹ ਸਾਰੀਆਂ ਖਿਡੌਣੇ ਦੀਆਂ ਹੁੰਦੀਆਂ ਨੇ, ਤਾਂ ਨਕਲੀ ਪਿਸਤੌਲਾਂ ਲੈ ਕੇ ਪਹੁੰਚੇ ਹੁੰਦੇ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਤਰਨ ਤਾਰਨ ਤੋਂ ਸਾਹਮਣੇ ਆਇਆ, ਜਿੱਥੇ ਪੁਲਿਸ ਦੇ ਵੱਲੋਂ ਰੰਗਦਾਰੀ ਮੰਗਣ ਵਾਲੇ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਤਾਂ ਜਿਸ ਦੇ ਵਿੱਚੋਂ ਇੱਕ ਦਾ ਨਾਮ ਪੰਕਜ ਦੱਸਿਆ ਜਾ ਰਿਹਾ ਹੈ, ਜੋ ਕਿ ਇੱਕ ਆੜਤੀਏ ਦੇ ਕੋਲ ਕੰਮ ਕਰਦਾ ਸੀ। ਤਾਂ ਇਸ ਆੜਤੀਏ ਦੇ ਵੱਲੋਂ ਉਸਨੂੰ ਕੰਮ ਤੋਂ ਕੱਢ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਉਸਨੇ ਬਦਲਾ ਲੈਣ ਦੀ ਸੋਚੀ। ਤਾਂ ਗੋਲਡੀ ਬਰਾੜ ਦੇ ਨਾਮ ਤੋਂ ਇਹ ਉਹਨਾਂ ਨੂੰ ਫੋਨ ਕਰਦਾ ਹੈ ਅਤੇ ਰੰਗਦਾਰੀ ਮੰਗਦਾ ਹੈ। ਤਾਂ ਜਦ ਇਹ ਪੈਸੇ ਲੈਣ ਆਉਂਦਾ ਹੈ ਤਾਂ ਮੌਕੇ 'ਤੇ ਪੁਲਿਸ ਦੇ ਵੱਲੋਂ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਇਹਦੇ 'ਚ ਜੀ ਅਮਿਤ ਕੁਮਾਰ ਹੈਗੇ ਆ ਆੜਤੀਆ ਖੇਮ ਕਰਨ ਤੋਂ, ਸਨ ਆਫ ਪ੍ਰੇਮ, ਉਹਨਾਂ ਨੂੰ ਜਿਹੜੀ ਫਰੌਤੀ ਦੀ ਕਾਲ ਆਈ ਸੀਗੀ ਅਤੇ ਇਹਦੇ 'ਚ ਕੇਸ ਰਜਿਸਟਰ ਕਰ ਲਿਆ ਸੀ। ਇਹਨਾਂ ਨੇ ਗੋਲਡੀ ਬਰਾੜ ਦਾ ਨਾਂ ਲੈ ਕੇ ਗੈਂਗਸਟਰ ਦਾ 30 ਲੱਖ ਰੁਪਏ ਦੀ ਮੰਗ ਕੀਤੀ ਸੀ ਅਤੇ ਇਹਨਾਂ ਨੇ ਜਿਹੜੀ ਪੁਲਿਸ ਨੂੰ ਇਤਲਾਹ ਦੇ ਦਿੱਤੀ ਸੀ। ਤਾਂ ਪੁਲਿਸ ਜਿਹੜੇ ਸੀਗੀ ਖੇਮ ਕਰਨ ਦੇ ਅਤੇ ਜਿਹੜੇ CIA ਸਟਾਫ ਵਾਲੇ, ਇਹਨਾਂ ਨੇ ਇਹਦੇ 'ਤੇ ਫੌਰਨ ਕਾਰਵਾਈ ਸ਼ੁਰੂ ਕਰਤੀ ਸੀ ਔਰ ਟਰੈਕ ਕਰਨਾ ਸ਼ੁਰੂ ਕਰਤਾ ਸੀ। ਨਾਲ ਦੀ ਨਾਲ ਜਿਹੜੇ ਮਦਈ ਸੀਗੇ ਇਹਨਾਂ ਨੂੰ ਕਹਿਤਾ ਸੀ ਵੀ ਤੁਸੀਂ ਇਹਨਾਂ ਨੂੰ ਗੱਲਬਾਤ ਜਾਰੀ ਰੱਖੋ, ਜਦੋਂ ਵੀ ਫੋਨ ਆਉਂਦਾ ਔਰ ਨੈਗੋਸ਼ੀਏਸ਼ਨ ਕਰਦੇ ਰਹੋ। ਨੈਗੋਸ਼ੀਏਟ ਕਰਦੇ ਕਰਦੇ ਇਹਨਾਂ ਦੀ ਜਿਹੜੀ ਆ 3 ਲੱਖ ਰੁਪਏ 'ਚ ਗੱਲ ਖਤਮ ਹੋਈ ਸੀ ਔਰ ਇਹ 3 ਲੱਖ ਰੁਪਈਆ ਲੈਣ ਕੱਲ੍ਹ ਡਰੇਨ ਪੁੱਲ 'ਤੇ ਖੇਮ ਕਰਨ ਆਏ, ਜਿੱਥੇ ਪੁਲਿਸ ਪਾਰਟੀ ਮੌਜੂਦ ਸੀ ਔਰ ਪੁਲਿਸ ਪਾਰਟੀ ਨੇ ਇਹਨਾਂ ਨੂੰ ਜਿਹੜਾ ਉੱਥੇ ਮੌਕੇ 'ਤੇ ਹੀ ਰੰਗੇ ਹੱਥ ਫੜ ਲਿਆ ਔਰ ਇਹਨਾਂ ਕੋਲੋਂ 1 ਮੋਟਰਸਾਈਕਲ ਅਤੇ 4 ਫੋਨ ਜਿਹੜੇ ਆ ਰਿਕਵਰ ਕੀਤੇ। ਔਰ ਅੱਗੇ ਇਹਨਾਂ ਦੀ ਇੰਟੈਰੋਗੇਸ਼ਨ ਜਾਰੀ ਹੈ ਵੀ ਇਹਨਾਂ ਨੇ ਕਿਸੇ ਨੂੰ ਹੋਰ ਫੋਨ ਕੀਤਾ ਜਾਂ ਕੋਈ ਪਹਿਲੇ ਇਹਨਾਂ ਦੀ ਕੋਈ ਕ੍ਰਾਈਮ ਵਗੈਰਾ ਤਾਂ ਹੈ ਨਹੀਂ, ਬਟ ਇਹ ਅਸਰਟਨ ਕਰ ਰਹੇ ਹਾਂ। ਐਕਚੁਅਲੀ ਇਹਨਾਂ ਦਾ ਜੀ ਪਹਿਲਾਂ ਇੱਕ ਜਿਹੜਾ ਮੁਲਜ਼ਮ ਹੈਗਾ ਪੰਕਜ, ਇਹ ਉਹਨਾਂ ਕੋਲ ਪਹਿਲੇ ਮੁੰਛੀ ਦਾ ਕੰਮ ਕਰਦਾ ਸੀ ਆੜਤ 'ਤੇ ਔਰ 15-16 ਸਾਲ ਤੋਂ ਉਹਨਾਂ ਦਾ ਇੰਪਲਾਈ ਰਿਹਾ। ਉਸ ਤੋਂ ਬਾਅਦ ਕਿਸੇ ਕਾਰਨਾਂ ਕਰਕੇ ਉਹਨਾਂ ਨੇ ਇਹਨੂੰ ਆਪਣੇ ਆੜਤ ਤੋਂ ਮੁੰਛੀ ਤੋਂ ਕੱਢਤਾ ਸੀ ਤਾਂ ਇਹਨੇ ਫਿਰ ਆਪਦੀ ਆੜਤ ਖੋਲ੍ਹ ਲਈ ਸੀ। ਆਪਣੀ ਆੜਤ 'ਤੇ ਇਹਨੇ ਇੱਕ ਮੁੰਛੀ ਰੱਖਿਆ ਸੀਗਾ ਸ਼ਮਸ਼ੇਰ ਸਿੰਘ ਏਲੀਅਸ ਸ਼ੇਰਾ ਨਾਂ ਦਾ, ਅਤੇ ਉਹਦੇ ਨਾਲ ਇਹਨੇ ਸਾਂਝਾ ਕੀਤਾ ਕਿ ਮੈਂ ਇਸ ਤੋਂ ਆਪਣਾ ਪੁਰਾਣਾ ਮਾਲਕ ਹੈ ਉਸ ਤੋਂ ਬਦਲਾ ਲੈਣਾ। ਅਤੇ ਇਹਨੇ ਉਹਨੇ ਫਿਰ ਸ਼ਮਸ਼ੇਰ ਸ਼ੇਰੇ ਨੇ ਇਹਨੂੰ ਜਿਹੜਾ ਗੁਰਪ੍ਰੀਤ ਦਾ ਨਾਂ ਦੱਸਤਾ ਅਤੇ 3 ਜਣਿਆਂ ਨੇ ਮਿਲ ਕੇ ਉਹਦਾ ਆਪਣਾ ਫੋਨ ਦਾ ਨੈੱਟ ਨੁੱਟ ਯੂਜ਼ ਕਰਦੇ ਸੀਗੇ ਤਾਂ ਕਰਕੇ ਮਾਸਕਿੰਗ ਕਰਕੇ ਐਪ ਦੇ ਥਰੂ ਉਹ ਜਿਹੜਾ ਨੰਬਰ ਸੀਗਾ ਬਾਹਰ ਦਾ ਨੰਬਰ ਆਉਂਦਾ ਸੀ ਉਸ ਤੋਂ ਗੋਲਡੀ ਬਰਾੜ ਦਾ ਨਾਂ ਲੈ ਕੇ ਫੋਨ ਕਰਦੇ ਸੀ। ਨਹੀਂ ਹਜੇ ਤੱਕ ਤਾਂ ਕੁਛ ਐਸੀ ਸਾਨ ਨਹੀਂ ਆਈ, ਬਾਕੀ ਇੰਟਰੋਗੇਸ਼ਨ ਕਰ ਰਹੇ ਹਾਂ। ਦੇਖੋ ਉਹਦੇ 'ਚ ਮੇਰਾ ਤਾਂ ਇਹੀ ਹੈ ਵੀ ਕਈ ਲੋਕ ਇਤਲਾਹ ਨਹੀਂ ਦਿੰਦੇ ਔਰ ਡਰਦੇ ਮਰਦੇ ਜਿਹੜੇ ਆ ਪੈਸੇ ਦੇ ਦਿੰਦੇ ਆ, ਵੀ ਇੱਕ ਵਾਰ ਪੁਲਿਸ ਨੂੰ ਇਤਲਾਹ ਜ਼ਰੂਰ ਦੇਣ ਤਾਂ ਜੋ ਇਹੋ ਜਿਹੇ ਜਿਹੜੇ ਅਨਸਰ ਹੈ ਜਾਂ ਕਿਸੇ ਦਾ ਨਾਂ ਵਰਤ ਕੇ ਗੈਂਗਸਟਰਾਂ ਦਾ ਲੋਕਲ ਲੈਵਲ 'ਤੇ ਹੀ ਜਿਹੜੀਆਂ ਫਰੌਤੀਆਂ ਇਕੱਠੀਆਂ ਕਰ ਰਹੇ ਆ ਇਹਨਾਂ ਨੂੰ ਪੁਲਿਸ ਦੀ ਗ੍ਰਿਫਤ 'ਚ ਆ ਜਾਣ, ਤਾਂ ਜੋ ਇੱਕ ਸਹਿਮ ਦਾ ਮਾਹੌਲ ਹੈ ਜਾਂ ਦਹਿਸ਼ਤ ਦਾ ਮਾਹੌਲ ਹੈ ਉਹ ਨਾ ਪੈਦਾ ਹੋਵੇ।